ਮਾਲਕ ਤੇ ਸੰਪਾਦਕ ਤੇ ਐਡੀਟਰ ਇਨ ਚੀਫ ਤੇ ਜਿਨ੍ਹਾਂ ਨੂੰ ਭਾਰਤ ਰਤਨ ਵਰਗੇ ਅਵਾਰਡਾਂ ਨਾਲ ਨਿਵਾਜਿਆ ਗਿਆ, ਸਰਦਾਰ ਸਾਧੂ ਸਿੰਘ ਹਮਦਰਦ ਸਾਹਿਬ ਜਿਨ੍ਹਾਂ ਨੂੰ ਫੇਰ ਬਹੁਤ ਵੱਡੀਆਂ ਮਾਨ ਸਨਮਾਨ ਦੇਸ਼ ਦੀਆਂ ਵੱਖ ਵੱਖ ਸਰਕਾਰਾਂ ਨੇ ਦਿੱਤਾ ਔਰ ਪੰਜਾਬ ਦੀ ਪੰਜਾਬੀ ਭਾਸ਼ਾ ਚ ਸਭ ਤੋਂ ਵੱਧ ਵਿਕਣ ਵਾਲੇ ਪੜ੍ਹਨ ਵਾਲੇ ਅਖਬਾਰ ਜਿਹਨੇ ਲੋਕਾਂ ਦੀ ਆਵਾਜ਼ ਸੱਚ ਦੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਦੀ ਗੱਲ ਕੀਤੀ ਹੈ। ਅੱਜ ਜਦੋਂ ਸਰਕਾਰ ਨਾਲ ਟਕਰਾਏ ਹੈ ਤੇ ਸਰਕਾਰ ਘਬਰਾਹਟ ਚ ਬਦਲਾਅ ਵਾਲੀ ਕਮਜ਼ੋਰ ਦਿਲ ਸ਼ਰਾਬੀ ਲੀਡਰ ਨਿਕੰਮਾ ਲੀਡਰ ਅੱਜ ਇੰਦਰਾ ਗਾਂਧੀ ਦੇ ਨਕਸ਼ੇ ਕਦਮ ਤੇ ਚੱਲਦਿਆਂ ਪੰਜਾਬ ਚ ਐਮਰਜੈਂਸੀ ਲਾਉਣ ਦੀ ਕੋਸ਼ਿਸ਼ ਕਰ ਰਿਹਾ। ਭਗਵੰਤ ਮਾਨ ਜੀ, ਆਈ ਕੰਡੈਮ ਯੋਰ ਐਕਸ਼ਨਸ ਇਨ ਆਲ ਫੋਰਮਸ। ਜਿਸ ਅਖਬਾਰ ਦੀ ਪ੍ਰੈਸ ਦੀ ਆਜ਼ਾਦੀ ਵਾਸਤੇ ਡਾਕਟਰ ਹਮਦਰਦ ਸਾਹਿਬ ਬਰਜਿੰਦਰ ਸਿੰਘ ਜੀ ਹਮਦਰਦ ਸਾਹਿਬ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਪ੍ਰੈਸ ਰਿਪੋਰਟਰਸ ਨੂੰ ਨਾ ਕੇਵਲ ਆਵਾਜ਼ ਦਿੱਤੀ ਹੈ, ਉਹਨਾਂ ਨੂੰ ਅੱਜ ਬਹੁਤ ਵੱਡੇ ਰੁਤਬਿਆਂ ਤੇ ਉਹ ਪਹੁੰਚੇ ਆ। ਅੱਡ ਅੱਡ ਅਖਬਾਰਾਂ ਦੇ ਉਹ ਐਡੀਟਰਸ ਐਡੀਟਰਸ ਇਨ ਚੀਫ ਲੱਗੇ ਔਰ ਹਮਦਰਦ ਸਾਹਿਬ ਜਿਹੜੇ ਪੰਜਾਬੀ ਟ੍ਰਿਬਿਊਨ ਦੇ ਵੀ ਐਡੀਟਰ ਇਨ ਚੀਫ ਰਹਿ ਚੁੱਕੇ ਆ। ਅੱਜ ਉਹਨਾਂ ਤੇ ਪਰਚਾ ਦੇਣਾ ਸਿਰਫ ਇਸ ਲਈ ਕਿਉਂਕਿ ਉਹ ਸਰਕਾਰੀ ਇਸ਼ਤਿਹਾਰ ਲੈ ਕੇ ਸੱਚ ਦੀ ਆਵਾਜ਼ ਨੂੰ ਪੰਜਾਬ ਚ ਆਉਣ ਵਾਲੀਆਂ ਮੁਸ਼ਕਲਾਤਾਂ ਨੂੰ ਲੋਕਾਂ ਦੇ ਬੁਰੇ ਹਾਲਾਤ ਨੂੰ ਉਹ ਕਹਿੰਦੇ ਸੀ ਮੈਨੂੰ ਇਸ਼ਤਿਹਾਰ ਦੋ ਨਾ ਦੋ, ਮੈਂ ਸੱਚ ਦੀ ਆਵਾਜ਼ ਸਾਹਮਣੇ ਰੱਖੂੰਗਾ। ਔਰ ਅਫਸੋਸ ਦੀ ਗੱਲ ਕਿ ਜਿਸ ਇਨਸਾਨ ਨੇ ਜੰਗੇ ਆਜ਼ਾਦੀ ਬਣਾਇਆ ਹੋਵੇ, ਜਿਸ ਇਨਸਾਨ ਨੂੰ ਇੱਕ ਸਰਕਾਰ ਨੇ ਨਹੀਂ ਤਿੰਨ ਚਾਰ ਸਰਕਾਰਾਂ ਨੇ ਘਰੋਂ ਲੈ ਕੇ ਆਏ ਹੋਣ, ਚਾਹੇ ਉਹ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਨ ਉਹਨਾਂ ਨੂੰ ਚੇਅਰਮੈਨ ਬਣਾਇਆ ਜੰਗੀ ਆਜ਼ਾਦੀ ਦਾ, ਚਾਹੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਸਨ, ਚਾਹੇ ਚਰਨਜੀਤ ਸਿੰਘ ਚੰਨੀ ਸਨ, ਵੱਖ ਵੱਖ ਸਰਕਾਰਾਂ ਤੇ ਵੱਖ ਵੱਖ ਮੁੱਖ ਮੰਤਰੀ ਪੰਜਾਬ ਦੇ ਅੱਜ ਵੱਡੀ ਗਿਣਤੀ ਚ ਜਿਹੜੇ ਸਿਆਸਤਦਾਨ ਨੇ ਜਾਂ ਜਿਹੜੇ ਸਮਾਜ ਸੇਵੀ ਨੇ ਜਾਂ ਜਿਹੜੇ ਮਹਾਂਪੁਰਖ ਸਾਹਿਬਾਨ ਨੇ ਜਾਂ ਕਿਸੇ ਹੋਰ ਸੰਸਥਾ ਨਾਲ ਜੁੜੇ ਹੋਏ ਲੋਕ ਨੇ, ਉਹ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦਾ ਇਹ ਧੱਕੇਸ਼ਾਹੀ, ਇਹ ਪ੍ਰੈਸ ਵਿਰੋਧੀ, ਇਹ ਸੰਵਿਧਾਨ ਵਿਰੋਧੀ ਫੈਸਲਾ ਕਿ ਅੱਜ ਤੁਸੀਂ ਉਸ ਇਨਸਾਨ ਤੇ ਪਰਚਾ ਦਿੱਤਾ, ਮੈਂ ਤੁਹਾਨੂੰ ਅੱਜ ਇਹ ਦਾਅਵੇ ਨਾਲ ਕਹਿ ਸਕਦਾ ਤੁਸੀਂ ਕਿੱਥੇ ਗਲਤੀ ਕਰ ਗਏ। ਹਮਦਰਦ ਸਾਹਿਬ ਤੁਹਾਡੇ ਅੱਗੇ ਨਾ ਡਿੱਗਣ ਵਾਲੇ ਨਾ ਕਮਜ਼ੋਰ ਪੈਣ ਵਾਲੇ, ਇਹ ਸਾਰੇ ਲੋਕ ਫਰੀਡਮ ਆਫ ਪ੍ਰੈਸ, ਪ੍ਰੈਸ ਦੀ ਆਜ਼ਾਦੀ ਵਾਸਤੇ, ਹੱਕ ਸੱਚ ਦੀ ਆਵਾਜ਼ ਵਾਸਤੇ ਇਹ ਲੋਕ ਸਰਦਾਰ ਬਰਜਿੰਦਰ ਸਿੰਘ ਹਮਦਰਦ ਸਾਹਿਬ ਨਾਲ ਖਲੋਣਗੇ ਤੇ ਜਿਹੜਾ ਝੂਠਾ ਪਰਚਾ ਉਹਨਾਂ ਤੇ ਤੁਸੀਂ ਕੀਤਾ। ਸਰਦਾਰ ਹਮਦਰਦ ਸਾਹਿਬ, ਮੈਂ ਜਿਵੇਂ ਪਹਿਲਾਂ ਵੀ ਕਿਹਾ ਕਿ ਜੰਗੇ ਆਜ਼ਾਦੀ ਉਹ ਜਿਹੜੀ ਸ਼ਹੀਦਾਂ ਦੀ ਯਾਦਗਾਰ ਬਣੀ ਔਰ ਅੱਜ ਤੁਸੀਂ ਉਸ ਇਨਸਾਨ ਤੇ ਝੂਠ ਦਾ ਪਰਚਾ ਬਣਾ ਕੇ ਉਹਨੂੰ ਦਬਾਉਣ ਦੀ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਅਸੀਂ ਸਾਰੇ ਇੱਕ ਮਤਾ ਪਾਸ ਕਰਕੇ ਮੈਂ ਜਕਾਰਾਂ ਛੱਡਣ ਲੱਗਿਆ ਜੀ, ਇੱਥੇ ਵੀਡੀਓ ਵਿਖਾਇਓ, ਸਾਰੇ 500 ਰੁਪਏ ਜਕਾਰਾਂ ਛੱਡਣਗੇ। ਬੋਲੇ ਸੋ ਲਿਓ, ਬੋਲੇ ਸੋ ਲਿਓ।